ਅਸਲਾਮ ਵਾਲੇਕੁਮ ਗਾਇਜ਼, ਅੱਜ ਅਸੀਂ ਆਏ ਹਾਂ ਜੀ ਜ਼ਿਲ੍ਹਾ ਫੂਡ ਪੁਆਇੰਟ 'ਤੇ, ਕਿਉਂ ਨਾ ਤੁਹਾਨੂੰ ਲੋਕੇਸ਼ਨ ਵੀ ਦੱਸ ਦਿੱਤੀ ਜਾਏ। ਕਾਫ਼ੀ ਲੋਕ ਪੁੱਛ ਰਹੇ ਸੀ ਗੁਲਬਰਗ ਟੂ ਰਾਜਾ ਸੈਂਟਰ। ਅੱਜ ਦੀ ਹਾਂਡੀ ਸਭ ਤੋਂ ਪਹਿਲੇ ਟਮਾਟਰਾਂ ਦੀ ਚਟਨੀ ਜਾਏਗੀ। ਹੁਣ ਜ਼ਿਲ੍ਹਾ ਦੇਸੀ ਘੀ ਫੜ ਲਿਆ ਜੇ, ਜ਼ਿਲ੍ਹਾ ਦੇਸੀ ਘੀ ਪਾ ਰਿਹਾ। ਜ਼ਿਲ੍ਹੇ ਨੇ ਕਿਹਾ ਕਿ ਅੱਜ ਜ਼ਿਲ੍ਹਾ ਸਿਰਫ ਇੱਕ ਡੱਬਾ ਦੇਸੀ ਘੀ ਪਾਏਗਾ। ਗਰਮੀ ਬਹੁਤ ਜ਼ਿਆਦਾ ਹੋ ਗਈ ਹੈ, ਇਸ ਵਜ੍ਹਾ ਤੋਂ ਹਲਕੀ ਫੁਲਕੀ ਹਾਂਡੀ ਬਣੇਗੀ। ਕਿਸੇ ਕੰਮ ਕੀ ਇਸਤੇਮਾਲ ਕਰੇਂਗੇ, ਗਰਮੀ ਜ਼ਿਆਦਾ ਹੈ, 45 ਜਾ ਰਹੀ ਹੈ, ਮੇਰੀ ਪਛਾਣੀ ਮੱਖਰੀ ਹੈ ਨਹੀਂ। ਮੈਂ ਵਿੱਚ ਕੁਛ ਲੋਕ ਭਾਈ ਕਹਿੰਦੇ ਜ਼ਿਲ੍ਹਾ ਦੇਸੀ ਘੀ ਛੋੜ ਦੇ, ਛੋੜ ਦਿਓ ਭਾਈ, ਮੇਰੀ ਪਛਾਣੀ ਦੇਸੀ ਘੀ ਕੀ ਹੈ, ਚਾਹੇ ਆਪ ਖਾਓ ਜਾਂ ਨਾ ਖਾਓ, ਮੁਝੇ ਇਸ ਸੇ ਫਰਕ ਨਹੀਂ ਪੜਤਾ। ਜ਼ਿਲ੍ਹਾ ਹੁਣ ਹਾਂਡੀ ਚ ਦਹੀਂ ਪਾ ਰਿਹਾ ਤਾਂ ਕਿ ਹਾਂਡੀ ਦੀ ਤਸੀਰ ਠੰਡੀ ਹੋ ਜਾਏ। ਜ਼ਿਲ੍ਹਾ ਜਦੋਂ ਕੱਟੀਆਂ ਹੋਈਆਂ ਸਬਜ਼ ਮਿਰਚਾਂ ਹਾਂਡੀ ਚ ਪਾਉਂਦਾ, ਉਦੋਂ ਹਾਂਡੀ ਦਾ ਟੇਸਟ ਨਹੀਂ ਫੜਿਆ ਜਾਂਦਾ। ਜ਼ਿਲ੍ਹਾ ਜਦੋਂ ਕੱਟੀ ਹੋਈ ਅਦਰਕ ਹਾਂਡੀ ਚ ਪਾਉਂਦਾ ਨਾ, ਤੇ ਉਦੋਂ ਤਾਂ ਅਖੀਰ ਹੀ ਕਰ ਜਾਂਦਾ। ਸਭ ਤੋਂ ਪਹਿਲੇ ਜ਼ਿਲ੍ਹੇ ਨੇ ਚਟਨੀ ਪਾਈ, ਉਸ ਤੋਂ ਬਾਅਦ ਦੇਸੀ ਘੀ, ਹਰੀ ਮਿਰਚਾਂ ਔਰ ਦਹੀਂ ਔਰ ਅਦਰਕ। ਜ਼ਿਲ੍ਹਾ ਜਦੋਂ ਬੰਦ ਡੱਬਿਆਂ ਦਾ ਮਸਾਲਾ ਪਾਉਂਦਾ ਨਾ, ਉਦੋਂ ਜ਼ਿਲ੍ਹਾ ਨਹੀਂ ਫੜਿਆ ਜਾਂਦਾ, ਉਦੋਂ ਜ਼ਿਲ੍ਹਾ ਆਊਟ ਆਫ ਕੰਟਰੋਲ ਹੋ ਜਾਂਦਾ। ਅੱਜ ਮੈਂ ਫਿਰ ਦੁਬਾਰਾ ਬਤਾ ਰਹਾ ਹੂੰ, 1 kg ਮੈਂ ਡੱਬਾ ਇਸਤੇਮਾਲ ਕੀਆ, ਜ਼ਿਆਦਾ ਨਹੀਂ ਗਿਆ। 10 kg ਇੱਕ ਦੇਗ ਮੈਂ ਇੱਕ ਡੱਬਾ ਮੈਂ ਇਸਤੇਮਾਲ ਕੀਆ, ਗਰਮੀ ਮੈਂ ਫਿਰ 12 kg ਦੇਗ ਮੈਂ ਇੱਕ ਡੱਬਾ ਮੈਂ ਇਸਤੇਮਾਲ ਕੀਆ। ਚਿਕਨ ਮੱਖਣੀ ਹਾਂਡੀ ਦਾ ਬੋਨਲੈਸ ਆ ਗਿਆ। ਜਦੋਂ ਜ਼ਿਲ੍ਹਾ ਡਰੰਮੀ ਭਰੀ ਹੋਈ ਚਿਕਨ ਪਾਉਂਦਾ ਹੈ ਨਾ ਹਾਂਡੀ ਵਿੱਚ, ਉਦੋਂ ਜ਼ਿਲ੍ਹਾ ਨਹੀਂ ਫੜਿਆ ਜਾਂਦਾ। ਜਦੋਂ ਜ਼ਿਲ੍ਹਾ ਚਿਕਨ ਦੀ ਬਾਰਿਸ਼ ਕਰਦਾ ਹੈ ਨਾ, ਉਦੋਂ ਆਊਟ ਆਫ ਕੰਟਰੋਲ ਹੋ ਜਾਂਦਾ ਹੈ। ਹੁਣ ਜ਼ਿਲ੍ਹਾ ਮੁਹੱਬਤ ਵਾਲੇ ਚਮਚੇ ਦੇ ਨਾਲ ਥੋੜ੍ਹੀ ਦੇਰ ਹਾਂਡੀ ਨੂੰ ਪਕਾਏਗਾ। ਜੇ ਤੁਸੀਂ ਰੈਸਟੋਰੈਂਟ ਲਏ ਹੈ, ਉਹ ਮਸਾਲੇ ਸੇ ਜਾਂਚ ਚਲਾ ਰਹੇ ਹੈ, ਆਪਣੇ ਦੇਸੀ ਘੀ ਦੇ ਜਾਂਚ ਚਲਾ ਰਹੇ ਹੈ, ਅਸਲ ਮੁੱਖ ਕਿਸੇ ਜਾਂਚ ਚਲਾ ਰਹੇ ਹੈ, ਕਿਸੇ ਜਾਂਚ ਚਲਾ ਰਹੇ ਐਕਸੈਸਰਾਂ ਜਾਂਚ ਚਲਾ ਰਹੀ ਹੈ, ਪੈਸੇ ਜਾਣਾ ਇਨਸੇ ਚਲਾ ਰਹੇ ਹੈ, ਕਿਉਂਕਿ ਇਨਕਾ ਗਾੜੀ ਮੈਂ ਪਟੋਰ ਡਰੇਗਾ, ਅਲੱਗ ਜਿਸਮ ਖਾ ਕੇ ਤੁਮ ਫੀਕੇ ਖਾਣੇ ਖਵਾ ਰਹੇ ਹੈ, ਠੀਕ ਹੈ, ਉੱਚੀ ਦੁਕਾਨ ਤੇ ਫੀਕਾ ਪਕਵਾਨ, ਮੈਂ ਤਾਂ ਇਹ ਕਹਾਂ। ਇਸ ਲਈ ਕਹਿ ਦੋ ਭਾਈ, ਜ਼ਿਲ੍ਹਾ ਹੁਣ ਮਿਸਾਲਿਆਂ ਦਾ ਉਹ ਡੱਬਾ ਲੈ ਕੇ ਆਇਆ ਜਿਹਦੇ 'ਚ ਜ਼ਿਲ੍ਹੇ ਨੇ 15-20 ਮਿਸਾਲੇ ਪਿਸਾ ਕੇ ਰੱਖੇ ਹੋਏ ਨੇ। ਜ਼ਿਲ੍ਹੇ ਨੇ ਮਿਸਾਲੇ ਇਸ ਵਜ੍ਹਾ ਤੋਂ ਪਿਸਾਏ ਨੇ ਤਾਂ ਕਿ ਹੇਟਰ ਕਾਪੀ ਨਾ ਕਰ ਲੈਣ, ਕਿਉਂਕਿ ਜ਼ਿਲ੍ਹੇ ਦੀ ਕਾਪੀ ਬਹੁਤ ਹੋ ਰਹੀ ਹੈ। ਜ਼ਿਲ੍ਹੇ ਨੇ ਮੱਖਣ ਦੀ ਟਿੱਕੀ ਪਾ ਦਿੱਤੀ, ਗਰਮੀ ਬਹੁਤ ਹੈ, ਮੱਖਣ ਮੈਲਟ ਹੋ ਗਿਆ। ਜ਼ਿਲ੍ਹਾ ਹੁਣ ਦੂਜੀ ਟਿੱਕੀ ਵੀ ਪਾ ਰਿਹਾ, ਮੱਖਣ ਤੇ ਪਾਉਣਾ ਚਾਹੇ ਗਰਮੀ ਜਿੰਨੀ ਮਰਜ਼ੀ ਹੋ ਜਾਏ। ਹੁਣ ਜ਼ਿਲ੍ਹਾ ਇਹਦੇ 'ਚ ਜੀ ਪਾ ਰਿਹਾ ਹਰਾ ਧਨੀਆ, ਜਦੋਂ ਹਰਾ ਧਨੀਆ ਪਾਉਂਦਾ ਉਦੋਂ ਜ਼ਿਲ੍ਹਾ ਨਹੀਂ ਫੜਿਆ ਜਾਂਦਾ। ਜਿਵੇਂ ਜ਼ਿਲ੍ਹਾ ਮੁਹੱਬਤਾਂ ਪਾਉਂਦਾ, ਉਵੇਂ ਤੁਸੀਂ ਵੀ ਲਾਈਕ ਸ਼ੇਅਰ ਕਮੈਂਟਸ ਦੀ ਮੁਹੱਬਤ ਪਾ ਦਿਓ। ਬੈਲ ਆਈਕਨ ਦਾ ਬਟਨ ਵੀ ਦਬਾ ਦਿਆ ਜੇ ਤਾਂ ਕਿ ਨੈਕਸਟ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਏ। ਹੁਣ ਜ਼ਿਲ੍ਹਾ ਜਾਦੂ ਚਮਚੇ ਨਾਲ ਹਾਂਡੀ ਹਿਲਾ, ਜ਼ਿਲ੍ਹਾ ਆਪਣੀ ਹਰਕਤਾਂ ਤੋਂ ਨਹੀਂ ਬਾਜ਼ ਆ ਸਕਦਾ। ਜ਼ਿਲ੍ਹੇ ਨੇ ਕਿਹਾ ਸੀ ਕਿ ਅੱਜ ਮੈਂ ਇੱਕ ਡੱਬਾ ਪਾਵਾਂ, ਇਹ ਹਾਂਡੀ 'ਚ ਇੱਕ ਹੀ ਡੱਬਾ ਪਾਇਆ, ਲੇਕਿਨ ਇਹ ਤਾਂ ਸ਼ਰਪ ਸ਼ਰਪ ਹੈ, ਇਹ ਤਾਂ ਲਾਜ਼ਮੀ ਕਰਨੀ ਹੈ, ਕਿਉਂਕਿ ਇਹਦੇ ਨਾਲ ਤਾਂ ਜਾਦੂ ਹੁੰਦਾ ਹੈ ਔਰ ਜ਼ਿਲ੍ਹਾ ਸ਼ਰਪ ਸ਼ਰਪ ਕਰ ਰਿਹਾ, ਨਹੀਂ ਫੜਿਆ ਜਾ ਰਿਹਾ। ਜ਼ਿਲ੍ਹੇ ਦੀਆਂ ਮੁਹੱਬਤਾਂ ਨਹੀਂ ਫੜੀਆਂ ਜਾ ਰਹੀਆਂ, ਜ਼ਿਲ੍ਹਾ ਹੁਣ ਥੋੜ੍ਹੀ ਦੇਰ ਹਾਂਡੀ ਨੂੰ ਜਾਦੂਈ ਚਮਚੇ ਦੇ ਨਾਲ ਪਕਾਏਗਾ ਹਾਂਡੀ ਤਿਆਰ। ਅੱਜ ਹਾਂਡੀ ਚੈੱਕ ਕਰਨ ਵਾਸਤੇ ਕੁਝ ਲੋਕ ਆਏ। ਸਾਸੋ ਦਾ ਬੂਫੇ ਲੇਕਰ ਆਇਆ, ਜਿਸ ਮੈਂ ਆਪਕੋ 5 ਨਾਨ 3 ਰਾਇਤੇ ਸਾਸੋ ਦਾ ਬੂਫੇ ਮਿਲੇਗਾ ਇਨਸ਼ਾ ਅੱਲਾਹ ਤਾਲਾ। ਬੱਚੋ ਕੇ ਲਈ ਜੋ ਖਾਣਾ ਮੈਂ ਰਹਿਣਾ, ਇੱਕ ਨਾਨ ਸਾਥ ਫਿਲਮ 3 ਸਾਲ ਆਪਕੋ ਮਿਲੇਗਾ।